ਆ ਦੇ ਕੰਮ ਚੈੱਕ ਕਰੋ ਜੀ ਆ ਦੇ ਕੰਮ ਚੈੱਕ ਕਰੋ ਜੀ ਬਿਸਮਿਲ੍ਲਾ ਰਹਿਮਾਨ ਅਸਲਾਮ ਅਲੈਕੁਮ ਵੀਵਰਸ ਕੀ ਹਾਲ ਚਾਲ ਠੀਕ ਠਾਕ ਹੋ ਗਿਆ ਅੱਜ ਕੰਮ ਫਿਰ ਚੁੱਕਿਆ ਜਾਣਾ ਅੱਜ ਦਾ ਵਲਾਗ ਕਰਨਾ ਸ਼ੁਰੂ ਅਤੇ ਅਸੀਂ ਗਏ ਹਨ ਟਿਊਸ਼ਨ ਅਤੇ ਉੱਥੋਂ ਜਾਣਾ ਹੁਣ ਅਸੀਂ ਮੂੰਜੀ ਲਵਾਉਣ ਵਾਲੇ ਹਾਂ ਜਿਹਨਾਂ ਦੇ ਘਰ ਜਾਂਦੇ ਹਾਂ ਟਿਊਸ਼ਨ ਉਹਨਾਂ ਨੂੰ ਭਾਈ ਆ ਮਦਰ ਨੂੰ ਅਤੇ ਮੈਂ ਆਉਣਾ ਕੱਪੜੇ ਛੱਪੜੇ ਚੇਂਜ ਕਰਨ ਨਾਲੇ ਆਪਣਾ ਫੋਨ ਅਤੇ ਨਾਲੇ ਟੋਪੀ ਵਾਲੀ ਸੰਦੀ ਲੈਣ ਉੱਥੋਂ ਕੱਪੜੇ ਚੇਂਜ ਕਰਕੇ ਅਤੇ ਆ ਗਏ ਅਤੇ ਹੁਣ ਜਾਣਾ ਚੱਲੀ ਉਹਨਾਂ ਨੂੰ ਮੂੰਜੀ ਲਵਾਉਣ ਅਤੇ ਟਾਈਮ ਹੋ ਗਿਆ ਜੀ 10 ਦਾ ਅਤੇ ਕਨਾਲ ਡੇਢ ਕਨਾਲ ਥਾਂ ਹੈ ਅਤੇ ਲਵਾ ਕੇ ਅਤੇ ਬਾਕੀ ਹੁਣ ਬਿਨਾਂ ਟਾਈਮ ਵੇਸਟ ਕੀਤਾ ਚੱਲੀ ਉੱਥੇ ਚੈਨਲ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਕਰ ਦਿਓ ਅਤੇ ਸਾਡੇ ਪਿੰਡ ਨਾ ਬੜੇ ਜ਼ਿਆਦਾ ਲੋਕ ਜਿਹੜੇ ਨਾ ਮੂੰਜੀ ਲਾਉਂਦੇ ਪਏ ਆ ਸਾਹਮਣੇ ਵੈਸਾ ਸੜੀ ਮੈਂ ਆਉਂਦਾ ਪਿਆ ਅਤੇ ਮੈਨੂੰ ਵੈਸਾ ਕਹਿੰਦਾ ਕਿ ਯਾਰ ਸਾਨੂੰ ਮੂੰਜੀ ਲਵਾ ਅਲੀ ਹਸਨ ਇਬਰਾਹੀਮ ਆ ਚੁੱਕਿਆ ਵੇ ਅਤੇ ਹੁਣ ਜਿਹੜਾ ਨਾ ਅਸੀਂ ਨਾ ਮੂੰਜੀ ਲਵਾਉਣ ਚੱਲੇ ਹਾਂ ਅਤੇ ਤਲਹਾ ਜਿਹੜਾ ਸਾਡੇ ਪਿੱਛੇ ਜੇ ਅਤੇ ਹੁਣ ਚੱਲੇ ਹਾਂ ਜੀ ਹਾਂ ਇੱਕੋ ਜਿਹਾ ਅਸੀਂ ਤਿੰਨਾਂ ਟੋਪੀਆਂ ਪਾਈਆਂ ਹਨ ਤੁਸੀਂ ਕਮੈਂਟ 'ਚ ਦੱਸਿਓ ਕਿ ਸਹੀ ਨੇ ਜਾਂ ਅਤੇ ਸਾਹਮਣੇ ਜਿਹੜਾ ਨਾ ਇਹ ਥਾਂ ਜੇ ਮੂੰਜੀ ਲੱਗੀ ਤਲਹਾ ਵੀ ਜਿਹੜਾ ਨਾ ਆ ਗਿਆ ਜੇ ਅਤੇ ਇਹਨੇ ਵੀ ਜਿਹੜਾ ਲਾਲ ਰੰਗ ਦੀ ਟੋਪੀ ਪਾਈ ਜੇ ਉੱਤੋਂ ਰੈੱਡ ਕਲਰ ਦਾ ਗੁਲਾਬ ਲੈ ਕੇ ਆਇਆ ਟਿਊਸ਼ਨ ਅਤੇ ਬਾਕੀ ਤਲਹਾ ਜੀ ਹੁਣ ਪੁਰਜੋਸ਼ ਹੋਈ ਹੁਣ ਇੱਥੀਆਂ ਇੱਥੋਂ ਲੈ ਕੇ ਅਤੇ ਥਾਂ ਚੱਲੀ ਹੈ ਤਾਂ ਵੀ ਮਛਲ ਗਿਆ ਨਾ ਮੂੰਜੀ ਲੱਗੀ ਸਾੜੇ ਜਿਹਾ ਨਾ ਚੱਲ ਸਾੜੇ ਉਹਦਾ ਮੈਂ ਤੁਹਾਨੂੰ ਦੱਸਿਆ ਸੀ ਉਹਦਾ ਇੱਥੇ ਲੱਗਦੀ ਪਈ ਆ ਜੀ ਅਤੇ ਹੁਣ ਜਿਹੜਾ ਨਾ ਚੱਲੇ ਜੇ ਥਾਂ 'ਚ ਉੱਥੋਂ ਹੱਥੀਆਂ ਲੈ ਕੇ ਅਤੇ ਫਿਰ ਚੱਲੀਏ ਮੂੰਜੀ ਵਾਲੇ ਥਾਂ 'ਚ ਜਿੱਥੇ ਕੱਦ ਹੋਇਆ ਹੋਵੇ ਮਤਲਬ ਕਿ ਬੀ ਮੈਂ ਕਹਿੰਦਾ ਹੂੰ ਓਕੇ ਸਰ ਜੁੱਤੀਆਂ ਵੀ ਪਾ ਆਇਆ ਮੈਂ ਇੱਥੇ ਚਿੱਕੜ ਬਹੁਤ ਜ਼ਿਆਦਾ ਜੁੱਤੀ ਇੱਥੇ ਕਿਤੇ ਲਾਹਣੇ ਆ ਅਤੇ ਜਾਂਦੇ ਫਿਰ ਫੜ ਲਾਂਗੇ ਇੱਥੇ ਲਾ ਲੈਣਾ ਜੁੱਤੀ ਪਹਿਲਾਂ ਜੀ ਆਈਓ ਲਓ ਜੀ ਐਂਟਰ ਹੋ ਗਏ ਜੇ ਥਾਂ ਦੇ ਵਿੱਚ ਜਿੱਥੇ ਪਨੀਰੀ ਹੈ ਵਾਓ ਵੀ ਫੁੱਲ ਨਾ ਥਾਂ ਦਾ ਪਰਚਿਆ ਸੀ ਤਾਂ ਜੀ ਵੀ ਜਿਹੜਾ ਨਾ ਫੜ ਲਿਆ ਜੀ ਇੱਕ ਹੱਥ ਵਿੱਚ ਇੱਕ ਹੱਥ ਨਾਲ ਵੀਡੀਓ ਬਣਾਵਾਂਗੇ ਇੱਕ ਹੱਥ ਨਾਲ ਹਾਂ ਤਲਹਾ ਜਿਹਾ ਨਾ ਤਲਾ ਜੀ ਵੀ ਲੈਣ ਅਤੇ ਅਸੀਂ ਹੁਣ ਚੱਲੀਏ ਥਾਂ ਦੇ ਵਿੱਚ ਪਿੱਛੇ ਜਿਹਾ ਨਾ ਕੱਦ ਹੁੰਦਾ ਪਿਆ ਜੀ ਜੁੱਤੀ ਹੁਣ ਮੈਂ ਕਿੰਨ ਫੜਾਂਗਾ ਜੁੱਤੀ ਪਾ ਲੈਂਦੇ ਹਾਂ ਇਸ ਵਿੱਚ ਜੁੱਤੀ ਹੱਥ ਨਾ ਰਹਿਣ ਦਈਏ ਆਹੋ ਮੈਂ ਤਾਂ ਵੀਡੀਓ ਬਣਾਉਣੀ ਤੂੰ ਤਾਂ ਦੂਆਂ ਥਾਣਾ ਫੜ ਮਾਮਾ ਲਾਲ ਆਇਆ ਜੇ ਵਾਮ ਦਿਨ ਪੈੜੀ ਲਓ ਜੀ ਇੱਥੇ ਨਾ ਤੂੰ ਨਹੀਂ ਨੰਗਣਾ ਜੀ ਮਾਈ ਗੋਡ ਕੀ ਹੁਣ ਹੋਣਾ ਸਾਡਾ ਲਓ ਜੀ ਹੁਣ ਤੁਹਾਨੂੰ ਥਾਂ 'ਚ ਜਾ ਕੇ ਮਿਲਨੇ ਆ ਕਿਤੇ ਡੇਗੀ ਨਾ ਪਾਵਾਂ ਮੈਂ ਫਾਈਨਲੀ ਗਾ ਇਸ ਥਾਂ ਦੇ ਨੇੜੇ ਅਸੀਂ ਪਹੁੰਚ ਗਏ ਹਾਂ ਚੱਲੀਏ ਸਮਿੰਦਰਾ ਨਾ ਆ ਗਿਆ ਅੱਜ ਚੱਲੀਏ ਸਰ ਚਲੋ ਚੱਲੀਏ ਨਾਲ ਪਿੱਛੇ ਬਰਾਹੀਮ ਵੀ ਆਉਂਦਾ ਮੈਂ ਚੱਲ ਜਾਣਾ ਚੈੱਕ ਕਰੋ ਮੂੰਜੀ ਲੱਗੀ ਕਿ ਸਾਰੀ ਮੂੰਜੀ ਮੂੰਜੀ ਸਾਰੇ ਥਾਂ ਥਾਂ ਕਿੱਥੇ ਵੇ ਯਾਰ ਮੈਂ ਤਾਂ ਪਹਿਲੀ ਵਾਰੀ ਚੱਲਣਾ ਨਾ ਥੋੜ੍ਹੀ ਜਿਹੀ ਅੱਗੇ ਹੀ ਆ ਚੜੀ ਤੋਂ ਪਿਛਲੀ ਸਾਈਡ 'ਤੇ ਇਹ ਜਿਹੜਾ ਨਾ ਸਾਹਮਣੇ ਤੁਹਾਨੂੰ ਨਜ਼ਰ ਆਉਂਦਾ ਫਿਰ ਇਹ ਬਣਾਇਆ ਚਾਚੂ ਜੀ ਮਰਾਣੇ ਓਹੋ ਮੈਂਡਕ ਰਾਹ ਕਰ ਚ ਜਾਣੇ ਮੇਰਾ ਇਹ ਜਿਹੜਾ ਸਾਹਮਣੇ ਚਾਚੂ ਮਜ਼ੀਮ ਉਹਨਾਂ ਨੇ ਆਪਣਾ ਬਣਾਇਆ ਅੰਦਰ ਇੱਥੇ ਬਹਿਣ ਛਾਣ ਵਾਸਤੇ ਪਿੱਛੇ ਜਿਹੜਾ ਢਾਦ ਸਤਾਰਾ ਨੇ ਬਣਾਇਆ ਇਹ ਜਿਹੜੇ ਇੱਥੇ ਸਾਹਮਣੇ ਡੰਗਰ ਡੁੰਗਰ ਵੀ ਆਪਣੇ ਬਣਦੇ ਨੇ ਇਹ ਮਸਲਾ ਸਾਹਮਣੇ ਚੈੱਕ ਕਰੋ ਜੀ ਰਾਹ ਵਾ ਕਿੰਨਾ ਸੋਹਣਾ ਹੈ ਸਾਰੇ ਥਾਂ 'ਚ ਮੂੰਜੀ ਜਿਹਾ ਲੱਗ ਗਈ ਭਾਈ ਅਹਿਮਦ ਆਉਂਦੇ ਬੂ ਸਾਹਮਣੇ ਨਾ ਹਾਂ ਕਹਿੰਦੇ ਆਪਣੇ ਉੱਥੇ ਨੂੰ ਆ ਕੇ ਲੱਗੋ ਬੀਜ ਜਿਹਾ ਨਹੀਂ ਲਿਆਉਂਦਾ ਵੇ ਮੈਂ ਇੱਥੇ ਸੁੱਟਿਆ ਵੇ ਅਤੇ ਕੱਦ ਦੇ ਵਿੱਚ ਜਾਣਾ ਵੜ ਗਈ ਅਤੇ ਹੁਣ ਯੂਰੀਆਂ ਜਿਹਾ ਖਿਲਾ ਦੇ ਉੱਚਾ ਵੀ ਤੈਨੂੰ ਉੱਚਾ ਵੀ ਹੈ ਅਤੇ ਹੁਣ ਜਿਹੜਾ ਨਾ ਚਾਚੂ ਹੋੜੀ ਕਹਿੰਦੇ ਆਪਣੇ ਇੱਥੇ ਨੂੰ ਆ ਕੇ ਲੱਗੋ ਚਾਚੂ ਹੋੜੀ ਹਟ ਰਹੇ ਜੀ ਪਹਿਲੇ ਦੇ ਆਏ ਜੀ ਆ ਕੇ ਨਾ ਲੱਗੇ ਨਾ ਇੱਥੇ ਵੀ ਹੀ ਸਾਫ ਕਰਨ ਤੂੰ ਸਾਫ ਲੈਂਦੇ ਪਏ ਨੇ ਇੱਥੋਂ ਲਾਉਣੀ ਸ਼ੁਰੂ ਕਰਨੀ ਅਸੀਂ ਇਹ ਸਾਹਮਣੇ ਪੀ ਜਾ ਚੁਹਾ ਨਾ ਸਾਡੇ ਸੁਡਿਆ ਵਾਲੇ ਅਤੇ ਇਹੋ ਜਿਹਾ ਸਾਡਾ ਹਲੀ ਹਸਨ ਵੀ ਜਿਹਾ ਨਾ ਲੈ ਕੇ ਆਉਂਦਾ ਪਿਆ ਜੀ ਅਤੇ ਹੁਣ ਸਾਡੀ ਟੀਮ ਜਿਹੜੀ ਨਾ ਸ਼ੁਰੂ ਹੋਣ ਵਾਲੀ ਹੈ ਲੈਟਸ ਗੋ ਚੱਲ ਲਓ ਕੰਮ ਜਿਹੜਾ ਨਾ ਸ਼ੁਰੂ ਹੋਣ ਵਾਲਾ ਵੀ ਜਿਹਾ ਪੂਰੇ ਥਾਂ ਦੇ ਪਿਛਾ ਲਈਏ ਪਿਆ ਮੈਂ ਵੀ ਜਿਹਾ ਲੜਾਂਗਾ ਮੇਰੇ ਕੋਲ ਜਿਹੜੀ ਜਿਹੜੀ ਢੇ ਆਈ ਜਾਏਗੀ ਮੈਂ ਸੁੱਟੀ ਜਾਣੀ ਹਲੀ ਹਸਨ ਟਾਈਮ ਨਹੀਂ ਥੱਕ ਗਿਆ ਵੇ ਅਸੀਂ ਜਿਹਾ ਨਾ ਮੂੰਜੀ ਲਾਉਂਦੇ ਪਏ ਜੇ ਅਤੇ ਇਹ ਸਾਲਾਣਾ ਥਾਂ ਅਸੀਂ ਲਾ ਰਿਹਾ ਠੀਕ ਹੈ ਅਤੇ ਹੁਣ ਅਬਦੁੱਲਾ ਤਲਹਾ ਇਬਰਾਹੀਮ ਤਾਂ ਲੱਗੇ ਨੇ ਹਲੀ ਹਸਨ ਲਾਉਣ ਅਤੇ ਮੈਂ ਜਿਹਾ ਪਰਾਤ ਆਪਣੀ ਮੁਕੰਮਲ ਕਰ ਲਈਏ ਅਤੇ ਹੁਣ ਅਗਲੀ ਪਰਾਤ ਮੁਕੰਮਲ ਕਰਕੇ ਫਿਰ ਤੁਹਾਨੂੰ ਮਿਲਦੇ ਹਾਂ ਅਲੀ ਅਤੇ ਹਸਨ ਜਿਹੜਾ ਨਾ ਗਏ ਹਨ ਦਵਾਈ ਖਿਲਾ ਲੈਣ ਅਤੇ ਹੁਣ ਇਹ ਵੀ ਜਿਹਨਾਂ ਨੇ ਲਾਈਏ ਮੇਰੀ ਉੱਥੇ ਜੁੜੀ ਜਾਣਾ ਵੱਧ ਗਈ ਹਾਲ ਅਤੇ ਤਲਹਾ ਚੱਲੀ ਹਸਨ ਜਾਣਾ ਹੁਣ ਮੇਰੇ ਵੱਲ ਵੇਖਣਾ ਪੈਣਾ ਕੀ ਵੇਖਦੇ ਪਿਆ ਮੁੰਜੀ ਲਾਓ
ਥੱਲਾ ਗੁੱਸਿਆ ਨਹੀਂ ਕਰਨਾ ਯਾਰ ਮੈਂ ਤੇਰਾ ਭਰਾ ਕੀ ਹੋ ਗਈ ਅਲੀ ਹਸਨ ਨੇ ਮੂੰਹ ਦੇ ਜਿਹੜਾ ਨਾ ਛਿੱਟਾਂ ਪਾ ਲਈਆਂ ਅੱਜ ਆਹ ਤੂੰ ਜਦੋਂ ਅਸੀਂ ਆਏ ਹਾਂ ਉਦੋਂ ਹਾੜੀ ਹਾਲਤ ਵੇਖ ਲਿਓ ਅਤੇ ਉਹਨੂੰ ਦੂਜਾ ਹਾੜੀ ਹਾਲਤ ਵੇਖ ਲਿਓ ਫਰਕ ਤੁਹਾਡੇ ਸਾਹਮਣੇ ਆ ਅਲੀ ਹਸਨ ਅਤੇ ਅਲੀ ਮੁਲਤਾਨੀ ਜਿਹੜਾ ਜਾਂਦੇ ਪਏ ਹਜੇ ਅਲੀ ਹਸਨ ਜਾਂਦੇ ਸਾਨੂੰ ਸਪਾਰੀਆਂ ਦੇ ਗਿਆ ਥੱਲਾ ਜੀ ਖਾਣੀ ਜੇ ਤੁਸੀਂ ਅੱਗੇ ਨਾ ਨਹੀਂ ਕਰਦੇ ਅੱਛਾ ਤੇ ਵੰਡ ਲਿਆ ਆਪਸ ਅਸੀਂ ਦੋਵੇਂ ਜਿਹੜਾ ਨਾ ਵੰਡ ਲਈਆਂ ਅਤੇ ਊਂ ਜਿਹਾ ਨਾ ਮੂੰਜੀ ਹਾਂ ਹਲਕੀ ਆ ਹਲਕੀ ਆ ਕਿ ਦੋ ਨੰਬਰ ਸਪਾਰੀ ਜੀ ਪੰਜ ਨੰਬਰ ਹੈ ਸੋਰੀ ਫਾਈਵ ਸਟਾਰ ਅਲੀ ਹਸਨ ਦੀ ਨਾ ਰਾਜ ਚੈੱਕ ਕਰੋ ਐਤਲ ਹੋ ਕੇ ਨਾ ਲਾੜੀ ਆਉਂਦੀ ਪੀ ਇਹ ਐਤਲ ਦੀ ਹੋ ਕੇ ਇੰਜ ਹੋ ਕੇ ਐਤਲ ਦੀ ਤਲੇ ਦੀ ਪਰਾਤ ਵਧਾ ਲਈ ਮੂੰਜੀ ਜਿਹਾ ਨਾ ਲਾ ਕੇ ਅਸੀਂ ਆ ਗਏ ਜੇ ਅਤੇ ਹੁਣ ਸਾਹ ਲੈ ਕੇ ਪਾਣੀ ਸਾਣੀ ਪੀ ਕੇ ਫਿਰ ਬਾਹਰ ਜਾ ਕੇ ਪੜਾ ਸ਼ੁਰੂ ਕਰਾਂਗੇ ਹੁਣ ਤਾਂ ਲਾੜੀ ਆਹ ਤਾਂ ਮੌਸਮ ਅੱਜ ਦਾ ਮਾਸ਼ਾ ਚੈੱਕ ਕਰ ਲਓ ਕਿੱਡਾ ਸੋਹਣਾ ਨੀਟ ਐਂਡ ਵਾਈਟ ਚਾਚੂ ਹੜੀ ਦੇ ਨਾ ਬੰਨੇ ਸਾਫ਼ ਕਰਦੇ ਮੈਨੇ ਮੌਸਮ ਸਾਫ਼ ਕਰ ਹਲੇ ਆ ਪਤਲਿਆ ਪਾਣੀ ਸਾਣੀ ਪੀ ਪੂ ਕੇ ਅਤੇ ਫਿਰ ਜਾਣਾ ਚੱਲਾਂਗੇ ਸੰਤ ਇਬ੍ਰਾਹਿਮ ਜਾਣਾ ਪਾਣੀ ਸਾਣੀ ਪੀ ਕੇ ਇੰਜੋਏ ਕਰਦੇ ਮੈਂ ਸਾਹ ਦੇ ਵਿੱਚ ਜਾਣਾ ਮੂੰਹ ਦੇ ਮਿਲ ਜਾ ਨਾਲੀ ਇੱਥੇ ਜਾਣਾ ਫਰੈਸ਼ ਹੁੰਦਾ ਮੈਂ ਸਾਹਮਣੇ ਜਾਣਾ ਜਾਂ ਤਾਂ ਲੱਗੇ ਨੇ ਬੱਦਲ ਵੀ ਜਾਣਾ ਹੋ ਗਿਆ ਅਤੇ ਪਾਣੀ ਤੋਂ ਬਾਅਦ ਠੰਡਾ ਹੀ ਹੋ ਗਿਆ ਸਾਨੂੰ ਪਾਣੀ ਸਾਣੀ ਪੀਓ ਚੱਲੀਏ ਹਜਾ ਕੇ ਲਾਈਏ ਛੁੱਟੀ ਚੱਲਹਾ ਅਲੀ ਹਸਨ ਪਾਣੀ ਪੀ ਲਿਆ ਹੁਣ ਚੱਲਹਾ ਅਤੇ ਮੈਂ ਜਿਹੜਾ ਪਾਣੀ ਪੀਆਂਗੇ ਅਤੇ ਅਤਲ ਵੀ ਚੈੱਕ ਕਰੋ ਜੀ ਕੀ ਪਿੱਛੇ ਜਾਣ ਥੋੜ੍ਹਾ ਬਹੁਤ ਚਿੱਕੜ ਲੱਗ ਗਿਆ ਅਤੇ ਮੁੰਡੇ ਕਹਿੰਦੇ ਪਏ ਨੇ ਚਿੱਕੜ ਲੱਗ ਗਿਆ ਅਤੇ ਕੋਈ ਗੱਲ ਨਹੀਂ ਯਾਰ ਐਡੀ ਕੋਈ ਟੈਨਸ਼ਨ ਲੋਨ ਬਣੀ ਹੋਈ ਗਈ ਮੂਸਾ ਸਾਹਿਬ ਪੀ ਲਿਆ ਪਾਣੀ ਸੁਪਾਰੀਆਂ ਖਾ ਗਿਆ ਮੂੰਹ ਦਾ ਜਾਕਾ ਵਾ ਕਿੰਨਾ ਹੋ ਗਿਆ ਮਾੜਿਆਂ ਜਿਹਾ ਨਾ ਪਾਣੀ ਪੀ ਲਿਆ ਤੂੰ ਮੈਂ ਵੀ ਪੀ ਲੈਣਾ ਪਾਣੀ ਮੂੰਹ ਜਿਹਾ ਸਾਫ਼ ਕਰ ਲੈਂਦੇ ਹਾਂ ਚਲੋ ਜੀ ਚੱਲੀਏ ਕੱਲਾ ਜੀ ਲਾ ਲਿਆ ਇੱਕ ਵਾਰ ਭੇਜ ਗਿਆ ਜੇ ਪਸੀਨੇ 'ਤੇ ਪਾਣੀ ਨਾ ਯਾਰ ਇੱਕ ਹਿਸਾਬ ਨਹੀਂ ਮੈਨੂੰ ਸਮਝ ਨਹੀਂ ਆ ਰਿਹਾ ਗਲਦਿਆਂ ਦੀ ਬੱਦਲ ਵੀ ਹੋਏ ਇੰਨਾ ਮੌਸਮ ਵੀ ਹੋਏ ਕਈਆਂ ਬੰਦੇ ਦੇ ਹੱਥ ਨੂੰ ਨਹੀਂ ਪਸੀਨਾ ਨਾ ਬੜਾ ਜੀ ਸਮਝਾ ਆਪਣਾ ਹਿਸਾਬ ਆਫਟਰ ਆਲ ਗਾਇਸ ਸਾਹ ਲੈਣ ਤੋਂ ਬਾਅਦ ਨਾ ਪਸੀਂਦੇ ਜਾਂਦੇ ਆਹ ਜਿਹਾ ਕੰਮ ਚੈੱਕ ਕਰੋ ਜੀ ਛਾ ਗਿਆ ਮੁੰਡਾ ਹੁਣ ਸਾਹ ਲੈਣ ਤੋਂ ਬਾਅਦ ਫਿਰ ਜਾਣਾ ਨਾ ਥਾਂ 'ਚ ਵੜ ਗਿਆ ਅਤੇ ਹੁਣ ਤਲਹਾ ਕਹਿੰਦਾ ਪਿਆ ਸਾਰਾ ਨਾ ਪੰਨੀ ਤੱਕ ਲਾ ਕੇ ਬਾਅਦ 'ਚ ਇਨਸ਼ਾਅੱਲਾ ਤਾਲਾ ਜਾਣਾ ਸਾਹ ਲਾਂਗੇ ਫਿਰ ਕੰਮ ਚੈੱਕ ਕਰੋ ਜੀ ਮੁੰਡੇ ਦੇ ਅਤੇ ਹੁਣ ਜਾਣਾ ਫਿਰ ਸ਼ੁਰੂ ਹੋਈਏ ਓਏ ਹੁਣ ਉਦੋਂ ਸਾਹ ਲੈਣਾ ਜੇ ਜੇ ਤੂੰ ਮੁੱਕ ਜਾਏਗਾ ਕੰਮ ਕੀ ਕਹਿੰਦੇ ਹੋ ਮੁੱਕਣ ਤੱਕ ਨਹੀਂ ਹਾਂ ਪੰਨੀ ਤੱਕ ਕੀ ਪੰਨੀ ਤੱਕ ਸਾਹ ਲੈਣਾ ਮੇਰੇ ਭਰਾਵਾ ਮੈਂ ਹੀ ਅੱਜ ਗੱਲ ਕਰਨਾ ਕਿ ਅੱਜ ਮੁੱਕ ਜਾਏਗੀ ਨਾ ਫਿਰ ਬਾਅਦ 'ਚ ਵੀ ਜਾਣਾ ਸਾਹ ਲਾਂਗੇ ਅਤੇ ਹੁਣ ਤੁਸੀਂ ਸਾਡੇ ਨਾਲ ਰਹੇ ਹੋ ਅਤੇ ਅਸੀਂ ਹੁਣ ਜਾਣਾ ਮੁਕਾਹਨੇ ਕੰਮ ਲੱਗ ਜਾਣੇ ਸੀ ਹੁਣੇ ਚਲੋ ਕੋਈ ਨਹੀਂ ਪਹਿਲੇ ਪਾਣੀ ਪੀ ਲਈ ਫਿਰ ਲਾਂਦੇ ਹੁਣ ਪਾਣੀ ਪੀਏ ਜੀ ਕੋਈ ਨਾ ਪੀ ਲੈਂਦੇ ਜਿੰਦਾ ਵੀ ਪਾਣੀ ਤੇ ਪਾਣੀ ਨਾ ਹੁਣ ਪਾਣੀ ਪੀਏ ਮੂੰਜੀ ਜਿਹਾ ਨਾ ਅਸੀਂ ਲਾਹੜੀ ਜੇ ਤੁਹਾਡੇ ਸਾਹਮਣੇ ਜੇ ਬਾਕੀ ਚਾਚੂ ਹੜੀ ਕਹਿੰਦੇ ਪਨਾਇਆ ਜਿੰਨਾ ਹਿੱਸਾ ਨਾ ਉਹ ਜਿਹਾ ਲੁੱਟ ਵੇਲੇ ਲਾ ਲਾਂਗੇ ਤਲਹਾ ਧੇਲੀਏ ਸੰਜੇ ਹੈ ਨਾ ਪਿੱਛੇ ਰਹਿ ਕੇ ਅੱਜ ਤੁਹਾਡਾ ਭਰਾ ਪਹਿਲੇ ਆ ਗਿਆ ਵੇ ਉਹ ਅੱਗੇ ਪਿੱਛੇ ਮੈਂ ਭਰਾ ਐਂਡ ਤੇ ਖੜਨਾ ਹਾਂ ਅਤੇ ਅੱਜ ਕੀ ਨਾ ਮੈਂ ਜਿੱਤ ਗਿਆ ਵਾਂ ਮੈਂ ਸਗੋਂ ਝਾੜਤੀ ਲੈ ਅੱਗੇ ਵੀ ਲਾ ਲਏ ਨੇ ਲਓ ਜੀ ਕੰਮ ਸ਼ਾਮ ਜਿਹੜਾ ਨਾ ਤੂੰ ਸਾਡਾ ਮੁੱਕ ਗਿਆ ਹੁਣ ਚੱਲੀਏ ਘਰ ਪਹਿਲੇ ਜਾਂਦੀ ਵਕਤ ਨਾ ਕੋਈ ਪੀਟਰ ਪੂਟਰ 'ਤੇ ਨਹਾਉਂਦੇ ਹਾਂ ਪੀਟਰ 'ਤੇ ਪੂਟਰ 'ਤੇ ਨਹਾ ਨਹੂ ਕੇ ਚੱਲ ਦਾ ਨਾਂ ਲੈ ਕੇ ਅਤੇ ਚੱਲੀਏ ਘਰ ਜੁੱਤੀਆਂ ਦਾ ਯਾਦ ਹੀ ਕਿੱਥੇ ਲਾਈਆਂ ਮੇਰੀ ਜੁੱਤੀ ਸ਼ਾਇਦ ਉਹ ਸੀ ਚਲੋ ਫਿਰ ਮੈਂ ਜੁੱਤੀ ਲੈ ਆਉਂਦਾ ਆਪਣੀ ਅਤੇ ਫਿਰ ਚੱਲਦੇ ਜੀ ਘਰ ਅਤੇ ਤੁਸੀਂ ਸਾਨੂੰ ਵੇਖਿਓ ਬਾਰ ਬਾਰ ਅਤੇ ਚਲੋ ਜੀ ਹੁਣ ਚੱਲੀਏ ਘਰ ਮੈਨੂੰ ਲੱਗਾ ਸੀ ਕਿ ਮੇਰੀ ਜੁੱਤੀ ਪਿੱਛੇ ਵੇ ਪਰ ਮੇਰੀ ਜੁੱਤੀ ਚਾਚੂ ਵਾਲੀ ਕਹਿੰਦੇ ਨੇ ਸਾਹਮਣੇ ਵੇ ਅਤੇ ਬੰਨੇ ਦੇ ਉੱਤੇ ਪਈ ਅਤੇ ਹੁਣ ਚੱਲੀਏ ਜੀ ਜੁੱਤੀ ਲੈ ਕੇ ਆਪਣੀ ਘਾਟ ਅਤੇ ਜਾਂਦੀ ਵਕਤ ਨਾ ਕੰਪਿਊਟਰ ਪੂਟਰ 'ਤੇ ਫਰੈਸ਼ ਹੁੰਦੇ ਆ ਜਿਹੜੀ ਹਾਲਤ ਜਿਹੜੀ ਨਾ ਖਰਾਬ ਹੋ ਗਈ ਜੇ ਇਹੋ ਕਿੰਜ ਬਾਹਾਂ ਦੀ ਹਾਲਤ ਹੋ ਗਈ ਹੈ ਇੱਕ ਰੋਚ ਕਰੋ ਹੋ ਗਏ ਆ ਹਾਲਾਂ ਕਹਿ ਅੱਜ ਮੈਂ ਸਾਫ਼ ਹੀ ਰਿਹਾ ਵਾਂ ਅੱਗੇ ਉੱਤੇ ਤਾਂ ਮੂੰਹ ਜੇ ਬੋਲੀ ਹਸਨ ਨਾ ਥੋੜ੍ਹਾ ਹੀ ਗੰਦਾ ਹੋਇਆ ਅਜੇ ਹਸਨ ਦੇ ਕੱਪੜੇ ਕੁੱਪੜੇ ਥੱਲੇ ਦੀ ਕੱਪੜੇ ਕੁੱਪੜੇ ਖਰਾਬ ਹੋ ਗਏ ਹੁਣ ਜਿਹੜਾ ਨਾ ਮੈਂ ਬਸ ਧੋਵਾਂਗਾ ਅਤੇ ਕਿਉਂਕਿ ਪੈਪ ਅੱਗੇ ਲੱਗਾ ਉਹਦੇ
ਘਾਟ ਜਾ ਕੇ ਨਹਾਉਣਾ ਪਹਿਲਾਂ ਹਾਲ ਨਾ ਦੇਸੀ ਘਾਟ ਦੇ ਨਾਲ ਨਹਾਉਂਦੇ ਹਾਂ ਮੂੰਹ ਧੋਣੇ ਪਹਿਲਾਂ ਮੇਰਾ ਮਾਲਕਾ ਕੀ ਨੇ ਤੇਰੇ ਨਾਲ ਇੱਥੇ ਤੇ ਪੂਰਾ ਪੂਰਾ ਹੀ ਨਹਾਉਣਾ ਹੋਣਾ ਸੀ ਬਾਕੀ ਘਰ ਵਿਆਹ ਨਹਾਵਾਂਗੇ ਤੇ ਉਹ ਜਿਹਾ ਨਾ ਚੱਲ ਕੇ ਲਿਆ ਸਹੀ ਤਰ੍ਹਾਂ ਨਾ ਆਵੇ ਚੱਲ ਜੀ ਨਾ ਮੇਰੇ ਬੜੀ ਗੰਦੀ ਹੋ ਗਈ ਆ ਇੱਥੋਂ ਪੀਆਂ ਨਹਾਉਣ ਨਾ ਲੈ ਲਿਆ ਅਲਹਮਦੁਲਿਲਾ ਤੇਰਾ ਸ਼ੁਕਰ ਇੱਕ ਤਾਂ ਸਪੀਕਰ ਚੱਲਦਾ ਵੀ ਨਹੀਂ ਤੇ ਤੁਹਾਨੂੰ ਬੜੀ ਗਰਮੀ ਲੱਗਦੀ ਬੋਲਦਾ ਤੂੰ ਬੈਲ ਦਾ ਬੈਲ ਦਾ ਬੈਗੜਾ ਆ ਯਾਰ ਯਾਰ ਲੱਗ ਰਿਹਾ ਕੱਢ ਨਾ ਯਾਰ ਕਰ ਲਈ ਸਹੀ ਹੋ ਗਿਆ ਕੰਮ ਅਹੀ ਤੇ ਜਾਣਾ ਨਾਣ ਨੂੰ ਕਿ ਫ੍ਰੀ ਐਂਡ ਫਾਸਟ ਹੋ ਗਏ ਆ ਤੇ ਅਲੀ ਹਸਨ ਜਾਣਾ ਨਾ ਲਿਆ ਤੂੰ ਤਲਹਾ ਜਾਣਾ ਮੂੰਹ ਹੱਥ ਹੋਏਗਾ ਪਹਿਲਾਂ ਜਲਦੀ ਕਰੋ ਤੇ ਫਿਰ ਚਲੀਏ ਘਰ ਹਮ ਨਹਾ ਰਹੇ ਹੈ ਲੰਮਾ ਪੈਕਰ ਅਲੀ ਹਸਨ ਔਰ ਤਲਹਾ ਲੰਮਾ ਨੀ ਭੈਣ ਹੁੰਦਾ ਫਿਰ ਟੋਪੀ ਦੀ ਵਜ੍ਹਾ ਦੱਸਿਓ ਮਜ਼ਾ ਆਉਂਦਾ ਕਿ ਨਹੀਂ ਇੰਜ ਨਾ ਹੁੰਦਾ ਆਪਣੇ ਦੇਸੀ ਮਾਹੌਲ ਤੇ ਹੋਰ ਮਾਮਾ ਇੱਥੇ ਜਾਮੀ ਸ਼ਰੀ ਲੈਂਦੇ ਉਹ ਕੋਈ ਨਹੀਂ ਹੁੰਦਾ ਅੱਲਾ ਦੀ ਸਪੁਰਦੇ ਬਾਬਾ ਜੀ ਹਮ ਨਹਾ ਰਹੇ ਹੈ ਚਲੋ ਜੀ ਉੱਠ ਪਾ ਬਥੇਰਾ ਨਾਲ ਆ ਮੈਂ ਨਾ ਸ਼ਰਟ ਆਪਣੀ ਜਿਹੜਾ ਨਾ ਸਾਫ਼ ਕਰਨ ਵਾਸਤੇ ਮੈਂ ਲੰਮਾ ਪਿਆ ਅੱਜ ਕੋਈ ਫਾਇਦਾ ਨਹੀਂ ਹੋਇਆ ਲੰਮਾ ਭੈਣ ਦਾ ਥੋੜ੍ਹਾ ਬਹੁਤ ਹੀ ਆ ਚੱਲੇ ਉੱਠ ਗਾ ਯਾਰ ਤੇਰੇ ਨਖਰੇ ਨਹੀਂ ਪਾਏ ਜਾਣੇ ਤੂੰ ਜਿਵੇਂ ਸਵਿਮਿੰਗ ਪੂਲ 'ਤੇ ਆਇਆ ਚਲੋ ਆਇਓ ਯਾਰ ਚੱਲੀਏ ਤੁਹਾਨੂੰ ਇੱਕ ਗੱਲ ਦੱਸਣੀ ਸੀ ਕਿ ਜਿਹੜਾ ਸਾਡਾ ਸਟਾਲ ਹੈ ਨਾ ਤੁਹਾਡੇ ਸਾਹਮਣੇ ਇਹ ਵੇਖੋ ਇਹ ਸਾਰਾ ਜਿਹਾ ਨਾ ਖਰਾਬ ਹੋ ਗਿਆ ਯਾਰ ਬੜਾ ਵੱਡਾ ਨੁਕਸਾਨ ਹੋਇਆ ਇਹ ਪਿਛਲੀ ਵਾਰੀ ਸਾਡਾ ਤਕਰੀਬਨ ਕੋਈ 20 ਕਿਲੋ ਨਿਕਲੀ ਗਿਆ ਹੁਣ ਉਹਦਾ ਹੁਣ ਬਹੁਤ ਜ਼ਿਆਦਾ ਫਾਇਦਾ ਹੋਇਆ ਸੀ ਯਾਰ ਅਤੇ ਅੱਜ ਖਰਾਬ ਹੋ ਗਿਆ ਸਾਰਾ ਬੱਦਲ ਦੀ ਵਜ੍ਹਾ ਤੋਂ ਜਿਹਾ ਖਰਾਬ ਹੋ ਗਿਆ ਉੱਤੇ ਘਾਹ ਜਿਹਾ ਨਾ ਗਿਆ ਅੱਜ ਅਤੇ ਇੱਥੇ ਲੋਕ ਛੱਡਦੇ ਹੋਣੇ ਡੰਗਰ ਆਪਣੇ ਸਾਹਮਣੇ ਚਾਚੂ ਹੋਣੀ ਜਿਹਾ ਨਾ ਲੱਗੇ ਨੇ ਮੋਟਰ ਚਲਾਉਣ ਉਹਨੇ ਆਪਣੀ ਮੋਟਰ ਫਿੱਟ ਕੱਢ ਕੇ ਅਤੇ ਪਾਣੀ ਲਾਇਆ ਆ ਗਿਆ ਨਹੀਂ ਘਰ ਰਾਤ ਨਾ ਮਿਲਦੇ ਯਾਰ ਸਾਹਮਣੇ ਗਿਆ ਨਾ ਲੱਗਿਆ ਨੇ ਪਾਸ ਕਰ ਧੋਣ ਠੀਕ ਹੋਣੇ ਸਿੱਧੂ ਸਾਹਿਬ ਵੀ ਆ ਗਏ ਨੇ ਸਾਹਿਬ ਵੀ ਆ ਜਾ ਕੇ ਡੰਗਰਾਂ ਨੂੰ ਕੋਈ ਕਰੀਆ ਪੱਠੇ ਸੁਬਾਹ ਹੀ ਕੁੱਤਾ ਛੱਡਣੇ ਆ ਹੁਣ ਬਸ ਕਿਤਾਬ ਕੰਨਾ ਤੋਂ ਖੁੱਲੀ ਕੇ ਬੰਨਣਾ ਬਸ ਕੱਪੜੇ ਛੱਪੜੇ ਜਿਹੜੇ ਨਾ ਚੇਂਜ ਕੱਢ ਕੇ ਅਤੇ ਉਹ ਸਾਹਮਣੇ ਸੁੰਗੜੇ ਪਹਾੜੇ ਨੇ ਅਤੇ ਊਂ ਜਿਹਾ ਰੋਟੀ ਛੋਟੀ ਖਾਂਦੇ ਹਾਂ ਅਤੇ ਫਿਰ ਚੱਲੀਏ ਘਰ ਰੋਟੀ ਛੋਟੀ ਜਿਹੜਾ ਨਾ ਖਾ ਖੂ ਕੇ ਅਤੇ ਅਸੀਂ ਆਏ ਹਾਂ ਬਾਹਰ ਅਤੇ ਚੂੰਕਿ ਬੈਗ ਸਾਡੇ ਪਹਿਲੇ ਦੇ ਹੱਥੇ ਹਨ ਅਤੇ ਊਂ ਜਿਹਾ ਨਾ ਹੁਣ ਘਰ ਚੱਲੇ ਹਾਂ ਅਤੇ ਬਾਕੀ ਜਿਹੜਾ ਨਾ ਅਸੀਂ ਸਾਡਾ ਅੱਜ ਦਾ ਵਲੋਗ ਮੇਰੇ ਕਾ ਤੁਹਾਨੂੰ ਚੰਗਾ ਲੱਗਿਆ ਲਾਈਕ ਕਰਿਓ ਅਤੇ ਸ਼ੇਅਰ ਕਰਿਓ ਅਤੇ ਸਾਡੇ ਚੈਨਲ ਜੇ ਨਾ ਫਟਾਫਟ ਨਾਲ ਸਬਸਕ੍ਰਾਈਬ ਕਰ ਦਿਓ ਬਹੁਤ ਸਾਰੇ ਪਿਆਰ ਮੁਹੱਬਤਾਂ ਦੁਆ ਦੇਣਾ ਅੱਲਾ ਹਾਫਿਜ਼ ਅੱਲਾ ਜੀ ਕਹਿ ਦਿਓ ਅੱਲਾ ਹਾਫਿਜ਼।